ਹੂੰ ਜੀ ਨਹੀਂ ਬਿਲਕੁਲ ਅਗਲੀ ਜਿਹੜੀ ਹਲਚੀਨੀ ਗੱਲ ਕਰਦੇ ਜਾਈਏ ਡਰਾਉਟ ਦੇ ਨਾਲ ਜਿਹੜਾ ਕੈਲੀਫੋਰਨੀਆ ਦਾ ਫਾਰਮ ਲੈਂਡ ਆ ਉਹ ਲਗਾਤਾਰ ਸੁਗੜਦਾ ਜਾ ਰਿਹਾ ਆ ਇਸ ਡਰਾਉਟ ਜੋ ਕਿ ਇੱਕ ਹੁਣ ਕੁਦਰਤੀ ਆਫਤ ਆ ਇਹ ਕਹਿੰਦੇ ਵੀ ਬਹੁਤ ਵੱਡੇ ਡਿਜ਼ਾਸਟਰ ਦੇ ਵਜੋਂ ਨਜ਼ਰ ਆ ਰਹੀ ਆ ਹੁਣ ਤੱਕ 1.7 ਬਿਲੀਅਨ ਡਾਲਰ ਇਸ ਦੇ ਕਰਕੇ ਲੂਜ਼ ਹੋ ਚੁੱਕਾ ਆ ਸੈਕਰਮੈਂਟੋ ਵੈਲੀ ਦੇ ਵਿੱਚ ਚਾਹੇ ਉਹ ਝੋਨਾ ਹੋਵੇ ਤੇ ਚਾਹੇ ਜਿਹੜੀਆਂ ਹੋਰ ਬਾਕੀ ਥਾਵਾਂ ਦੇ ਉੱਤੇ ਥਾਂ ਆ ਉੱਥੇ ਬਹੁਤ ਵੱਡੀ ਮੁਸ਼ਕਲ ਆ ਰਹੀ ਆ ਇੱਕ ਜਿਹੜੇ ਆ ਰਾਈਸ ਫਾਰਮਰ ਡੌਨ ਬ੍ਰੈਡਸਫਰਡ ਦੀ ਜਿਹੜੀ ਇਹਨਾਂ ਨੇ ਗੱਲਬਾਤ ਲਾਸ ਐਂਜਲਸ ਟਾਈਮਜ਼ ਨੇ ਜਿਹੜੀ ਉਹ ਪੇਸ਼ ਕੀਤੀ ਆ 1800 ਏਕੜ ਫਾਰਮ ਕਰਦਾ ਝੋਨੇ ਦੀ ਤੇ ਡਰਾਉਟ ਕਹਿੰਦੇ ਵੀ ਇੰਨਾ ਸਵੀਅਰ ਆ ਵੀ ਉਸ ਨੂੰ ਜਿਹੜਾ ਫਾਰਮਿੰਗ ਦਾ ਏਰੀਆ ਆ ਉਹ ਕੱਟ ਕਰਨਾ ਪੈ ਰਿਹਾ ਆ ਇਹ ਗਲੈਨਕਲੋਸਾ ਇਰੀਗੇਸ਼ਨ ਡਿਸਟ੍ਰਿਕਟ ਦੇ ਵਿੱਚ ਪੈਂਦਾ ਆ ਤੇ ਕਹਿੰਦੇ ਵੀ ਇਸ ਵਾਰ ਉਸ ਨੇ ਇੱਕ ਵੀ ਏਕੜ ਪਲਾਂਟ ਨਹੀਂ ਕੀਤਾ ਹੈਗਾ ਤੇ ਕਹਿੰਦੇ ਵੀ ਇਸ ਵਾਰ ਹੋਰ ਵੀ ਬਹੁਤ ਸਾਰੇ ਜਿਹੜੇ ਫਾਰਮ ਆ ਉਹ ਇਹੀ ਜਿਹੜਾ ਆ ਉਹ ਫੈਸਲਾ ਲੈ ਰਹੇ ਹੈਗੇ ਆ ਜਿਹੜੀ ਕੈਲੀਫੋਰਨੀਆ ਦੇ ਇਰੀਗੇਟਿਡ ਫਾਰਮ ਲੈਂਡ ਆ ਉਹ 752000 ਏਕੜ ਦੇ ਨਾਲ ਸ਼੍ਰਿੰਕ ਹੋਇਆ ਆ ਘਟਿਆ ਆ ਇੰਨੀ ਘੱਟ ਜਿਹੜੀ ਆ ਉਹ ਲੋਕਾਂ ਨੇ ਜਾ ਜੇ ਕੈਲੋ ਵੀ ਬਜਾਈ ਜਿਹੜੀ ਉਹ ਕੀਤੀ ਹੈਗੀ ਆ 2019 ਦੇ ਮੁਕਾਬਲੇ 2022 ਦੇ ਵਿੱਚ ਕਹਿੰਦੇ ਵੀ ਇਹ ਅਨੁਮਾਨ ਲਾਇਆ ਜਾ ਰਿਹਾ ਸੀਗਾ ਵੀ ਮੇਬੀ 5,63,000 ਏਕੜ ਫੈਲੋ ਰੱਖੂ ਰੱਖੀ ਜਾਊਗੀ ਜਾਂ ਫੈਲੋ ਹੋਊਗੀ ਫਾਰਮ ਲੈਂਡ ਪਰ ਉਸ ਤੋਂ ਉੱਤੇ ਜਿਹੜਾ ਆ ਉਹ ਲੰਘ ਗਿਆ ਸੋ ਉਹਦੇ ਕਰਕੇ ਕਹਿੰਦੇ ਵੀ ਓਵਰਆਲ ਅ ਯੂ ਐਸ ਨੂੰ ਜਾਂ ਕੈਲੀਫੋਰਨੀਆ ਨੂੰ ਆਪਾਂ ਕਹੀਏ ਤਾਂ 1.7 ਬਿਲੀਅਨ ਡਾਲਰ ਦਾ ਜਿਹੜਾ ਨੁਕਸਾਨ ਆ ਉਹ ਚੱਲਣਾ ਜਿਹੜਾ ਉਹ ਪੈ ਰਿਹਾ ਬਹੁਤ ਸਾਰੇ ਜਿਹੜੇ ਯੂਨੀਵਰਸਿਟੀ ਦੇ ਜਿਹੜੇ ਮਾਹਰ ਆ ਉਹ ਇਸ ਸਾਰੇ ਪ੍ਰਕਰਨ ਨੂੰ ਵਾਚ ਕਰ ਰਹੇ ਆ ਦੇਖ ਰਹੇ ਆ ਤੇ ਇਰੀਗੇਟਿਡ ਲੈਂਡ ਉਸ ਦਾ ਜਿਹੜਾ ਏਕੜੇਜ ਲਗਾਤਾਰ ਜਿਹੜਾ ਘਟਦਾ ਜਾ ਰਿਹਾ ਆ ਵਾਟਰ ਡਾਟਾ ਜੋ ਆ ਰਿਹਾ ਆ ਕਿੰਦਾ ਪਾਣੀ ਕਿੱਥੇ ਤੱਕ ਪਹੁੰਚ ਰਿਹਾ ਆ ਕਿੰਨਾ ਹੋਊਗਾ ਕਿੰਨਾ ਕੱਢਿਆ ਜਾ ਰਿਹਾ ਆ ਉਹਨਾਂ ਦੇ ਕਰਕੇ ਕਾਫੀ ਚਿੰਤਤ ਨਜ਼ਰ ਆ ਰਹੇ ਨੇ ਜੀ ਬਿਲਕੁਲ ਕੈਲੀਫੋਰਨੀਆ ਦੇ ਗਵਰਨਰ ਨੂੰ ਹੁਣ ਲੋਕ ਚ ਯੂਜ਼ ਕਰ ਰਹੇ ਆ ਵੀ ਗੈਸ ਦੀਆਂ ਪ੍ਰਾਈਸਸ ਨੂੰ ਲੈ ਕੇ ਉਹ ਇੱਕ ਤਰ੍ਹਾਂ ਦੇ ਨਾਲ ਪੋਲਿਟਿਕਸ ਪਲੇ ਕਰ ਰਿਹਾ ਆ ਸਾਰਿਆਂ ਨੂੰ ਪਤਾ ਵੀ ਕੈਲੀਫੋਰਨੀਆ ਦੇ ਵਿੱਚ ਜੋ ਗੈਸ ਦਾ ਟੈਕਸ ਆ ਉਹ ਬਾਕੀ ਸਟੇਟਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈਗਾ ਇੱਕ ਰਫਾਈਨਰੀ ਪੀ ਵੀ ਐਫ એનર્ਜੀ ਇਨਕਾਰਪੋਰੇਸ਼ਨ ਨੇ ਗਵਰਨਰ ਦੀ ਜਾਂ ਕੈਲੀਫੋਰਨੀਆ ਦੇ એનર્ਜੀ ਰੈਗੂਲੇਟਰਸ ਦੀ ਇਹ ਜੋ ਰਿਕੁਐਸਟ ਆ ਵੀ ਉਹ ਰੈਗੂਲੇਟਰਸ ਦੇ ਅੱਗੇ ਜੋ ਹੀアリング ਹੋਣੀ ਹੈਗੀ ਆ ਗੈਸੋਲਿਨ ਪ੍ਰਾਈਸਸ ਵਧਾਣ ਦੇ ਕਰਕੇ ਉਸ ਦੇ ਅੱਗੇ ਪੇਸ਼ ਹੋਵੇ ਉਸ ਨੇ ਨਾ ਕਰ ਦਿੱਤੀ ਆ ਕਹਿੰਦੇ ਵੀ ਗਵਰਨਰ ਸਾਹਿਬ ਜੋ ਆ ਇਸ ਇਸ਼ੂ ਨੂੰ ਪੋਲੀਟੀਸਾਈਜ਼ ਕਰ ਰਹੇ ਹੈਗੇ ਆ ਤੇ ਕਹਿੰਦੇ ਵੀ ਸਟੇਟ ਦਾ ਫਿਊਲ ਸਪਲਾਈ ਨੂੰ ਕਾਫੀ ਲੰਬੇ ਸਮੇਂ ਤੋਂ ਪ੍ਰੋਬਲਮ ਚੱਲ ਰਹੀ ਸੀ ਉਸ ਵੱਲ ਇਹ ਜੋ ਧਿਆਨ ਨਹੀਂ ਦੇ ਦੇ ਰਹੇ ਹੈਗੇ ਨਿਊਸਮ ਨੂੰ ਉਹਨਾਂ ਨੇ ਲੈਟਰ ਲਿਖਿਆ ਉਹਦੇ ਵਿੱਚ ਕੈਲੀਫੋਰਨੀਆ એનર્ਜੀ ਕਮਿਸ਼ਨ ਨੇ ਵੀ ਜਿਹੜਾ ਉਹਨਾਂ ਨੂੰ ਵੀ ਮੈਂਸ਼ਨ ਕੀਤਾ ਗਿਆ ਹੈ ਕਿ ਉਹ ਇੱਕ ਤਰ੍ਹਾਂ ਦੇ ਨਾਲ ਮਿਸਲੀਡਿੰਗ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਹੈਗੇ ਆ ਮੈਰਾਥਨ ਪੈਟਰੋਲੀਅਮ ਕਾਰਪੋਰੇਸ਼ਨ ਨੇ ਵੀ ਟੈਸਟੀਫਾਈ ਹੋਣ ਤੋਂ ਨਾਂ ਕਰ ਦਿੱਤੀ ਹੈਗੀ ਆ ਫਿਲਿਪਸ 66 ਨੇ ਕਿਹਾ ਕਿ ਆ ਇਹ ਜੋ ਵੈਸਟਰਨ ਸਟੇਟ ਪੈਟਰੋਲੀਅਮ ਐਸੋਸੀਏਸ਼ਨਸ ਹੈਗੀ ਆ ਉਹ ਨਹੀਂ ਪਾਰਟਿਸਿਪੇਟ ਕਰਨਗੇ ਇਹਦੇ ਵਿੱਚ ਸੋ ਕਾਫੀ ਜੋ ਔਇਲ ਤੇ ਗੈਸ ਕੰਪਨੀਆਂ ਆ ਉਹ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਰਹੀਆਂ ਹੈਗੀਆਂ ਐਵਰੇਜ ਅੱਜ ਦੀ ਜੇ ਪ੍ਰਾਈਸ ਦੱਸਦੇ ਯਾ ਇਹ ਗੈਸ ਗੈਸੋਲਿਨ ਦੀ ਅਨਲੀਡਡ ਦੀ 5 ਡਾਲਰ ਤੇ 15 ਸੈਂਟ ਹੈਗੀ ਆ ਟ੍ਰਿਪਲ ਏ ਦੇ ਮੁਤਾਬਕ ਕਿਸੇ ਏਰੀਆ ਥੋੜੀ ਬਹੁਤੀ ਵਾਧ ਘਟ ਹੋ ਸਕਦੀ ਆ ਪਰ ਇੰਨੀ ਪ੍ਰਾਈਸ ਚੱਲਦੀ ਆ ਪੀਵੀਐਫ ਕੰਪਨੀ ਜਿਹਦਾ ਨਾਮ ਆ ਪਹਿਲਾਂ ਤੁਹਾਨੂੰ ਦੱਸਿਆ ਆ ਉਹਨਾਂ ਨੂੰ ਇਸ ਸਾਲ 3 ਬਿਲੀਅਨ ਡਾਲਰ ਦਾ ਜਿਹੜਾ ਪ੍ਰੋਫਿਟ ਆ ਹੋਣ ਜਾ ਰਿਹਾ ਹੈਗਾ ਹੂੰ ਜੀ ਅਗਲੀ ਜਿਹੜੀ ਹਰਜੋਸਟਨ ਦੀ ਗੱਲ ਕਰਦੇ ਚਾਹੀਏ ਗਵਰਨਰ ਗੈਵਨ ਨਿਊਸਮੋਂਡਾ ਨੇ ਕੱਲ ਐਲਾਨ ਕੀਤਾ ਵੀ ਉਹ 647 ਮਿਲੀਅਨ ਡਾਲਰ ਰਿਲੀਜ਼ ਕਰਨ ਜਾ ਰਹੇ ਆ ਤੇ ਇਹ ਫੰਡਿੰਗ ਦਿੱਤੀ ਜਾਊਗੀ ਤਕਰੀਬਨ 1.4 ਮਿਲੀਅਨ ਹਾਊਸਹੋਲਡਸ ਨੂੰ ਘਰਾਂ ਨੂੰ ਜਿਨ੍ਹਾਂ ਦੇ એનર્ਜੀ ਬਿਲਸ ਓਵਰ 듀 ਪਏ ਨੇ 4 ਮਾਰਚ 4 ਮਾਰਚ 2020 ਤੋਂ 31 ਦਸੰਬਰ 2021 ਤੱਕ ਜਿਨ੍ਹਾਂ ਦੇ ਅਜੇ ਵੀ ਬਿਜਲੀ ਦੇ ਬਿੱਲ ਜਾਂ એનર્ਜੀ ਬਿਲਜ਼ ਬਕਾਇਆ ਪਏ ਨੇ ਤੇ ਜਿਹੜੇ ਇਹ ਇਹ ਬੇਸਿਕਲੀ ਇਕਨੋਮਿਕ ਰੀਲੀਫ ਹੀ ਆ ਜਿਹੜੇ ਕੋਵਿਡ-19 ਪੈਨਡੈਮਿਕ ਦੇ ਕਰਕੇ ਜਿੰਨਾ ਪਰਿਵਾਰਾਂ ਦੇ ਉੱਤੇ ਮਾਰ ਪਈ ਸੀ ਉਸ ਦੇ ਲਈ ਉਸ ਦੇ ਲਈ ਹੁਣ 647 ਮਿਲੀਅਨ ਡਾਲਰ ਜਿਹੜਾ ਆ ਉਸ ਦੀ ਫੰਡਿੰਗ ਰੀਲੀਜ਼ ਕੀਤੀ ਜਾਊਗੀ ਕਹਿੰਦੇ ਵੀ ਇਹ ਯੂਟਿਲਿਟੀ ਰੀਲੀਫ ਦੇਣ ਦੇ ਨਾਲ 1.4 ਮਿਲੀਅਨ ਕੈਲੀਫੋਰਨੀਅਨਜ਼ ਦੇ ਉੱਤੇ ਜਿਹੜੇ એનર્ਜੀ ਬਿੱਲ ਓਵਰ 듀 ਪਏ ਆ ਉਹਨਾਂ ਨੂੰ ਰਾਹਤ ਮਿਲੂਗੀ ਇਸ ਨਿਊਜ਼ ਲੀਜ਼ ਦੇ ਵਿੱਚ ਦੱਸਿਆ ਗਿਆ ਵੀ 33 ਯੂਟਿਲਿਟੀ ਕੰਪਨੀਆਂਜ਼ ਨੇ ਇਸ ਦੇ ਇਨ ਇਹਦੇ ਵਿੱਚੋਂ ਫੰਡਸ ਦੇ ਲਈ ਅਪਲਾਈ ਜਿਹੜਾ ਉਹ ਕੀਤਾ ਆ 1.4 ਮਿਲੀਅਨ ਹਾਊਸਹੋਲਡਸ ਆ ਉਹਨਾਂ ਦੇ ਲਈ ਸੋ ਇਦਾਂ ਲੱਗ ਰਿਹਾ ਵੀ ਲੋਕਾਂ ਨੂੰ ਦੇਣ ਦੀ ਬਜਾਏ ਜਿੰਨਾਂ ਜਿੰਨਾਂ ਦੇ ਵੀ ਬਕਾਇਆ ਪਏ ਨੇ ਸਿੱਧਾ ਕੰਪਨੀਆਂ ਨੂੰ ਹੀ ਸਰਕਾਰ ਵੱਲੋਂ ਜਿਹੜੀ ਆ ਉਹ ਮਨੀ ਦੇ ਦਿੱਤੀ ਜਾਊਗੀ ਤੇ ਜਿਨ੍ਹਾਂ ਦੇ ਓਵਰ ड्यू ਆ ਤੇ ਫਿਰ ਸ਼ਾਇਦ ਉਹ ਕਲੀਅਰ ਹੋ ਜਾਏ